हेलो जी, किदां सारे? वधिया ते आपां वी घेंट। ते अच्छा, सब तो पहले तुहानूं मैं दस देवां, सारे ने मैनूं सजेस्ट कीता सी जिहड़ा अपना शीशा टुट्टिया ना उत्ते नेल रिमूवर पा लिओ। हुण सब तो पहला मैं उही कम कर लग्गा। उदू बाद जे आपां पूरी फैमिली किते चले आ घूमण, ओह कित्थे जाणा तुहानूं अग्गे अग्गे दस दे। ते साडी गड्डी दा जिहड़ा कवर वेख के सुणा सी, दो जिहड़े खेस ओह जोड़ के गड्डी दा कवर बणाया। इत्थों तक अलग खेस, इत्थों तक जिहड़ा अलग खेस आ। ਉਹ ਮੈਂ ਕਿਹਾ ਕਿਤੇ ਤਰੇੜ ਬਾਅਦ ਕਿੱਧਰ ਆ ਗਈ, ਤਰੇੜ ਆ ਰਹੀ। ਰੁਬੂ ਆਹ ਖੇਸ ਨਾ ਚੱਕ ਕੇ ਉਹ ਕਰ, ਪਹਿਲਾਂ ਕੱਪੜਾ ਲਿਆ ਕੇ ਦੇ, ਆਪਾਂ ਸ਼ੀਸ਼ੇ 'ਤੇ ਮਾਰ ਕੇ ਨਾ ਫਿਰ ਉਹ ਰਿਮੂਵਰ ਪਾ ਦਈਏ। ਗਿੱਲਾ ਹੋ ਗਿਆ ਕੰਬਲ ਜਿਹਾ, ਭਾਰਾ ਹੀ ਬਹੁਤ ਹੋ ਜਾਂਦਾ। ਲਿਆਓ, ਥੈਂਕ ਯੂ। ਰੁਬੋ ਆ ਬੁਲਟ ਦਾ ਰਿਮੂਵਰ ਪਿਆ ਫੜਾਈ, ਕੋਟਨ ਵੀ ਦੇ ਦੇ, ਇੱਥੇ ਤਰੇੜ ਵੀ ਨਹੀਂ ਦਿੰਦੀ ਹੈ ਨਾ। ਚੱਲ ਆਪਾਂ ਟਰਾਈ ਕਰਦੇ ਹਾਂ, ਕੋਟਨ ਦੇ ਪਾ ਇਹਨੂੰ, ਕੋਟਨ ਤੇ ਮੈਂ ਤਾਂ ਪਾਣੀ ਨਹੀਂ। ਆ ਵੇਖ ਨਾ ਇੱਦਾਂ ਰੱਖ ਕੇ, ਆ ਫਟ ਤੋ ਜਾਣੀ ਤੇਰੇ, ਚੱਕ 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 ਚੱਕ, ਹੋ ਗਿਆ ਕੰਮ ਇਹਦਾ। ਹੁਣ ਆਪਾਂ ਨੂੰ ਪਤਾ ਨਹੀਂ, ਜੋੜ ਤੇ ਆਈ ਮਾਰ ਦਿੰਦੇ ਇੱਕ ਵਾਰੀ। ਮੈਨੂੰ ਹੁਣ ਇਹ ਨਹੀਂ ਪਤਾ, ਕਿਸੇ ਨੇ ਸਜੈਸਟ ਇਹ ਨਹੀਂ ਦੱਸਿਆ ਨਹੀਂ ਵੀ ਕਿਵੇਂ ਵਿੱਚ ਪਾਉਣਾ ਇਹਦੇ, ਵੀ ਉਹ ਦੁਕਾਨ ਤਰੇੜ ਰੁਕ ਜੂ। ਹੁਣ ਮੈਂ ਰਿਮੂਵਰ ਇੱਕ ਵਾਰੀ ਆਈ ਮਾਰਤਾ, ਹੁਣ ਰੱਬ ਰੱਖਾ ਹੀ ਆ। ਆਪਾਂ ਐਂ ਕਰਦੇ ਹਾਂ, ਇਹਨੂੰ ਅੰਦਰਲੀ ਸਾਈਡ ਤੋਂ ਵੀ ਇਹਦੇ ਆਪਾਂ ਨਾ ਸੇਮ ਜਿਵੇਂ ਇੱਧਰ ਕੋਟਨ ਨਾ ਮਾਰੇ, ਅੰਦਰੋਂ ਵੀ ਐਂ ਮਾਰ ਦਿੰਦੇ ਹਾਂ, ਦੋਨਾਂ ਪਾਸੇ ਵੱਜ ਜੂਗਾ, ਫਿਰ ਸ਼ਾਇਦ ਤੜਕਣ ਤੋਂ ਵੱਜ ਜੇ। ਲੈ ਮੈਨੂੰ ਫੜਾ ਦੇ, ਐਡੀ ਭੈੜੀ ਆ, ਰੂਬੂ ਨੂੰ ਬੈਗ ਨਹੀਂ ਫੜਾਉਂਦੀ ਪਈ ਗਈ, ਇਹ 'ਚ ਚਾਬੀ ਕੱਢ ਗੱਡੀ ਦੀ। ਅਤੇ ਹੁਣ ਅੰਦਰਲੀ ਸਾਈਡ ਤੋਂ ਵੀ ਜਿਹੜਾ ਨਾ ਆਪਾਂ ਰਿਮੂਵਰ ਇੱਥੇ ਮਾਰ ਦਈਏ, ਸ਼ੀਸ਼ੇ ਤਰੇੜ ਚਮਕਦੀ ਹੈ ਨਾ, ਪਤਾ ਨਹੀਂ ਇਹ ਇਫੈਕਟ ਕਰੂਗਾ ਕਿ ਨਹੀਂ, ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਦੇ ਨਾਲ, ਵੀ ਕੋਟਨ ਵਾਲੀ ਇੱਕ ਵਾਰੀ ਮਾਰਤਾ ਮੈਂ, ਖੁਸ਼ਕ ਜਿਹਾ ਹੋ ਗਿਆ ਹੈਗਾ, ਇਹ ਨਾ ਹੋਵੇਗਾ ਕੰਮ ਵੱਧ ਜੇ। ਉਦੋਂ ਤੂੰ ਕੱਪੜੇ ਕਿੱਲੇ ਕਰਤੇ ਆ ਰੁਬੂ, ਅੱਧਾ ਭਰ ਕੇ ਲਿਆਉਣਾ ਸੀ, ਕੋਈ ਨਹੀਂ ਹੁੰਦਾ ਰੁਬੂ, ਕੌਣੀ ਆ ਜਾਵਾਂ ਯਾਰ ਤੂੰ, ਸ਼ਾਬਾਸ਼ ਤੇਰੇ। ਅਤੇ ਹੁਣ ਘਰ ਲੋਕ ਲੋਕ ਲਾ ਕੇ ਨਿਕਲਦੇ ਆਪਾਂ। ਸਾਡੀ ਨਾ ਗਲੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ, ਅੱਗੇ ਜਿਹੜਾ ਤੁਹਾਨੂੰ ਛੱਪੜ ਵਿਖਾਇਆ ਸੀ, ਪਤਾ ਨਹੀਂ ਇਹਦੇ ਵਿੱਚ ਦਿਸੂਗਾ ਨਹੀਂ, ਅੱਗੇ ਦਿਖਾਉਣਾ ਤੁਹਾਨੂੰ। ਅਤੇ ਹੁਣ ਮੈਂ ਆਪਣੀ ਗਲੀ ਦੇ ਵਿੱਚ ਹੀ ਗੱਡੀ ਲਾਈ ਵੀ ਆ, ਵੀ ਸਾਰੇ ਨੇ ਆ ਕੇ ਇੱਥੇ ਬਹਿ ਜਾਣਗੇ ਗਲੀ ਦੇ ਵਿੱਚ, ਅਤੇ ਨਹੀਂ ਤਾਂ ਉੱਤਰ ਕੇ ਕਿਸੇ ਤੋਂ ਗੱਡੀ ਦੇ ਵਿੱਚ ਬੈਠਿਆ ਨਹੀਂ ਜਾਣਾ ਸੀ, ਕਿਉਂਕਿ ਪਾਣੀ ਸਾਡੀ ਮੇਨ ਗਲੀ ਦੇ ਵਿੱਚ ਇੰਨਾ ਜ਼ਿਆਦਾ ਖੜਾ ਹੁੰਦਾ, ਕੋਟ ਕਪੂਰਾ ਹੀਰਾ ਸਿੰਘ ਨਗਰ ਦੇ ਵਿੱਚ। ਸਮੁੰਦਰ ਬਹੁਤ ਜ਼ਿਆਦਾ ਵੱਡਾ ਸੀ, ਧਿਆਨ ਨਾਲ ਧਿਆਨ ਨਾਲ ਭਾਬੀ, ਅਬੂ ਦਾ ਸਰ ਕੱਲੇ। ਤੇ ਹੁਣ ਤੁਹਾਨੂੰ ਮੈਂ ਦਰਸ਼ਨ ਕਰਾਉਣਾ ਸਮੁੰਦਰ ਦੇ, ਆਹ ਦੇਖੋ ਇੰਨਾ ਬੁਰਾ ਹਾਲ ਆ ਸਾਡੇ ਹੀਰਾ ਸਿੰਘ ਨਗਰ ਦੇ ਵਿੱਚ, ਮੇਨ ਗਲੀ ਦਾ ਹਾਲ, ਪਾਣੀ ਦੇਖੋ। ਸਾਨੂੰ ਐਂ ਲੱਗਦਾ ਸਾਨੂੰ ਗੱਡੀਆਂ ਦੀ ਜਗ੍ਹਾ ਤੇ ਨਾ ਕਿਸ਼ਤੀਆਂ ਰੱਖਣੀਆਂ ਚਾਹੀਦੀਆਂ, ਇੰਨਾ ਜ਼ਿਆਦਾ ਬੁਰਾ ਹਾਲ ਹੁੰਦਾ ਇੱਥੇ। ਅਤੇ ਹੁਣ ਅਸੀਂ ਜੋਨੀ ਨੂੰ ਕੀਤੀ ਹੈ ਕੌਲ, ਅਸੀਂ ਜੋਨੀ ਬਾਈ ਨੂੰ ਚੱਕਾਂਗੇ ਚੌਂਕ ਦੇ ਵਿੱਚੋਂ, ਫਿਰ ਅਸੀਂ ਨਿਕਲਦੇ ਹਾਂ ਜਿੱਧਰ ਅਸੀਂ ਜਾਣਾ। ਇਹ ਸਮੁੰਦਰ ਵੀ ਕਿਤੇ ਕਿਤੇ ਹੀ ਸੁੱਕਦਾ ਹੁੰਦਾ, ਰੱਬ ਨੇ ਜਿਹੜਾ ਨਾ ਇੱਕੋ ਝਟਕੇ ਦੇ ਵਿੱਚ ਮੌਸਮ ਬਦਲਤਾ। ਕੱਲ੍ਹ 12 ਤਰੀਕ ਨੂੰ ਮੀਂਹ ਪਿਆ ਸੀਗਾ ਰਾਤ ਨੂੰ ਬਹੁਤ ਜ਼ਿਆਦਾ, ਅਤੇ ਹੁਣ ਅੱਜ ਵੇਖੋ ਧੁੱਪ ਦਾ ਕੋਈ ਨਾਮੋ ਨਿਸ਼ਾਨੀ ਹੈ ਨਹੀਂ, ਅਤੇ ਅੱਜ ਤੋਂ ਹੀ ਮੈਨੂੰ ਲੱਗਦਾ ਜਿਹੜੀ ਦਸੰਬਰ ਦੀ ਜਿਹੜੀ ਜਿਹੜੀ ਆਪਣੀ ਠੰਡ ਜਿਹੜੀ ਸ਼ੁਰੂ ਹੋਣੀ ਸੀ, ਅੱਜ ਤੋਂ ਸਟਾਰਟ ਆਈ ਤੋਂ ਬਾਅਦ ਜਿਹੜੀ ਮੇਰੇ ਸਾਨੂੰ ਧੁੱਪ ਘੱਟ ਹੀ ਨਿਕਲਿਆ ਕਰੂ, ਫੁੱਲ ਠੰਡ ਹੀ ਰਿਹਾ ਕਰੂਗੀ। ਅਤੇ ਹੁਣ ਅਸੀਂ ਵੇਟ ਕਰੀ ਜਾਂਦੇ ਜੁੰਨੀ ਬਾਈ ਦੀ, ਉਹ ਜਦੋਂ ਆਉਂਦੇ ਤਾਂ ਫਿਰ ਆਪਾਂ ਇੱਥੋਂ ਨਿਕਲਦੇ ਹਾਂ। ਅਤੇ ਜੋਨੀ ਬਾਈ ਨੂੰ ਅਸੀਂ ਲੈ ਲਿਆ ਨਾਲ, ਅਤੇ ਹੁਣ ਅਸੀਂ ਚੱਲੇ ਹੱਥ ਵਿੱਚ ਰਹਿ ਗਏ ਸੀ, ਅਤੇ ਹੁਣ ਅਸੀਂ ਚੱਲੇ ਮੁਕਤਸਰ ਰੋਡ ਵਾਲੇ ਪਾਸੇ। ਅਤੇ ਜਗ੍ਹਾ ਤੁਹਾਨੂੰ ਕਿਹੜੀ ਦਿਖਾਉਣੀ ਆ, ਉਹ ਜਗ੍ਹਾ ਦਿਖਾਉਣੀ ਆ ਜਿਹੜਾ ਮੈਂ ਤੁਹਾਡੇ ਨਾਲ ਮਲੋਟ ਜਾਂਦੇ ਮੁਕਤਸਰ ਜਾਂਦੇ ਦੋ ਦਿਨਾਂ ਲਈ ਵਾਅਦਾ ਕੀਤਾ ਸੀ, ਵੀ ਤੁਹਾਨੂੰ ਆਹ ਜਗ੍ਹਾ 'ਤੇ ਸਪੈਸ਼ਲ ਆ ਕੇ ਮੈਂ ਪੂਰਾ ਐਕਸਪਲੋਰ ਕਰੂੰਗਾ।
ਉਹ ਜਗ੍ਹਾ ਬਹੁਤ ਜ਼ਿਆਦਾ ਪਵਿੱਤਰ ਜਗ੍ਹਾ ਬਣੀ ਹੋਈ ਆ ਆਪਣੇ ਦੂਸਰੇ ਗੁਰੂ ਸ਼੍ਰੀ ਅੰਗਦ ਦੇਵ ਜੀ ਦਾ ਜਨਮ ਸਥਾਨ ਆ ਸਰਾਏ ਨਾਗਾ ਅਤੇ ਅੱਜ ਉਸੇ ਗੁਰਦੁਆਰਾ ਸਾਹਿਬ ਜਾਣਾ ਆਪਾਂ ਅਤੇ ਉੱਥੇ ਜਾ ਕੇ ਦਿਖਾਉਂਦੇ ਮੈਂ ਵੀ ਪਹਿਲੀ ਵਾਰੀ ਜਾਣਾ ਪਹਿਲਾਂ ਮੈਂ ਵੀ ਨਹੀਂ ਗਿਆ ਹੋਇਆ ਉੱਥੇ ਜਾ ਕੇ ਵੇਖਦੇ ਹਾਂ ਕੀ ਰੌਣਕ ਮੇਲਾ ਉੱਥੇ ਕਿੱਦਾਂ ਦਾ ਗੁਰਦੁਆਰਾ ਬਣਿਆ ਹੋਇਆ ਅਤੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਨਾਲੇ ਮੈਂ ਖੁਦ ਵੀ ਦਰਸ਼ਨ ਕਰ ਲਵਾਂ ਅਤੇ ਆਹ ਆ ਗਿਆ ਜੀ ਉਹ ਮਤਲਬ ਮੇਨ ਗੇਟ ਜਿਹੜਾ ਦਰਬਾਰ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਨੂੰ ਜਾਣਾ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਜਨਮ ਸਥਾਨ ਹੈ ਇਹ ਪਿੰਡ ਸਰਾਏ ਨਾਗਾ ਵੜਨ ਤੋਂ ਪਹਿਲਾਂ ਹੀ ਇਹ ਗੇਟ ਹੈਗਾ ਜਦੋਂ ਆਪਾਂ ਕੋਟਕਪੂਰੇ ਤੋਂ ਆਉਂਦੇ ਹਾਂ ਲੋਕ ਦੂਰ ਦੂਰ ਤੱਕ ਮੱਥਾ ਟੇਕਣ ਜਾਂਦੇ ਉਹ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਵੈਸੇ ਪਰ ਇਹ ਵੀ ਜਗ੍ਹਾ ਓਨੀ ਹੀ ਪਵਿੱਤਰ ਆ ਜਿੰਨੀ ਕੋਈ ਆਪਣੇ ਤੋਂ ਦੂਰ ਜਿਵੇਂ ਹੇਮਕੁੰਡ ਸਾਹਿਬ ਆ ਉਹ ਵੀ ਇੰਨੀ ਪਵਿੱਤਰ ਜਗ੍ਹਾ ਹੀ ਹੈ ਵੀ ਕਿਉਂਕਿ ਇਹ ਵੀ ਆਪਣੇ ਦੂਸਰੇ ਗੁਰੂ ਦਾ ਜਨਮ ਸਥਾਨ ਆ ਇਹ ਨਾ ਸਮਝਿਆ ਕਰੋ ਵੀ ਸ਼ਹਿਰ ਦੇ ਵਿੱਚ ਆ ਅਤੇ ਇਹ ਲੋਕਲ ਆ ਇੱਥੇ ਜਾਣ ਦੀ ਕੀ ਲੋੜ ਆ ਇਹ ਚੀਜ਼ ਹੁੰਦੀ ਆ ਪਰ ਇਹ ਜਿਹੜੀ ਪਵਿੱਤਰ ਓਨੀ ਹੀ ਆ ਕਿਉਂਕਿ ਦਸਾਂ ਗੁਰੂਆਂ ਦੀ ਜਿਹੜੀ ਮਹੱਤਤਾ ਉਹ ਇੱਕੋ ਜਿਹੀ ਹੀ ਹੁੰਦੀ ਆ ਅਤੇ ਅਸੀਂ ਪਹੁੰਚ ਗਏ ਸੀ ਦਰਬਾਰ ਸਾਹਿਬ ਅਤੇ ਇੱਥੋਂ ਅਸੀਂ ਮੱਥਾ ਟੇਕਣ ਵਾਸਤੇ ਰੈਡੀ ਹੋ ਕੇ ਅੰਦਰ ਚੱਲਦੇ ਹਾਂ ਫਿਰ ਤੁਹਾਨੂੰ ਅੰਦਰ ਸਾਰਾ ਕੁਝ ਦਿਖਾਉਣਾ ਵੀ ਕੀ ਕੁਛ ਆ ਮਤਲਬ ਇੱਥੇ ਅੱਜ ਉਹ ਤੱਕ ਦਰਬਾਰ ਸਾਹਿਬ ਗੁਰਦੁਆਰਾ ਬਹੁਤ ਵੱਡਾ ਬਣਿਆ ਗੁਰਦੁਆਰਾ ਸਾਹਿਬ ਲੋਕਾਂ ਨੇ ਮੇਰਾ ਇਸ਼ੂ ਚੱਕ ਲੈਂਦੇ ਗੱਲ ਦਾ ਵੀ ਤੂੰ ਪਹਿਲਾਂ ਗੁਰਦੁਆਰਾ ਕਹਿ ਦਿੰਦਾ ਦਰਬਾਰ ਸਾਹਿਬ ਗੁਰਦੁਆਰਾ ਇੱਕੋ ਹੀ ਗੱਲ ਆ ਆਹ ਮਾਸਕ ਠੀਕ ਆ ਅਤੇ ਅੰਦਰ ਤੁਹਾਨੂੰ ਦਿਖਾਉਣਾ ਸਾਰਾ ਕੁਛ ਕਿਵੇਂ ਆ ਕਿਹੜੀ ਤਰੀਕ ਨੂੰ ਕਦੋਂ ਮੇਲਾ ਇੱਥੇ ਭਰਦਾ ਉਹ ਵੀ ਤੁਹਾਨੂੰ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰੂੰਗਾ ਆ ਜਾਓ ਅੱਜ ਉਦੋਂ ਦਾ ਮੈਂ ਗੱਡੀ 'ਚ ਉਤਰਾਂ ਮੈਂ ਤਾਂ ਪੈਸੇ ਮੰਗੀਆਂ ਨਹੀਂ ਪੈਸੇ ਮੈਂ ਤਾਂ ਦੇਖਣ ਨੂੰ ਪੈਸੇ ਚਲੋ ਗੱਡੀਆਂ ਤਾਂ ਅੰਦਰ ਵੀ ਲੱਗੀਆਂ ਵੀ ਹੈ ਨਾ ਅੱਛਾ ਕੰਮ ਚੱਲੀ ਜਾਂਦਾ ਅਸੀਂ ਹੁਣ ਪਹੁੰਚ ਗਏ ਜੀ ਇੱਕ ਦਰਬਾਰ ਸਾਹਿਬ ਚ ਸਾਹਮਣੇ ਜਿਹੜਾ ਗਰਾਲ ਬਣਿਆ ਹੋਇਆ ਅਤੇ ਜਿਹੜਾ ਮੇਨ ਦਰਬਾਰ ਸਾਹਿਬ ਬਣਿਆ ਹੋਇਆ ਜਿੱਥੇ ਮਹਾਰਾਜ ਪ੍ਰਕਾਸ਼ ਕੀਤਾ ਹੁੰਦਾ ਉਹ ਬਣਿਆ ਹੋਇਆ ਇਸ ਸਾਈਡ ਇਸ ਸਾਈਡ 'ਤੇ ਅਤੇ ਅੰਦਰ ਲੈ ਕੇ ਚੱਲਦੇ ਤੁਹਾਨੂੰ ਨਾਲੇ ਸਰੋਵਰ ਵੀ ਦਿਖਾਉਂਦੇ ਸਰੋਵਰ ਦੇ ਦਰਸ਼ਨ ਕਰਾਉਂਦੇ ਕੀ ਚੀਜ਼ ਬਣੀ ਅਤੇ ਜਿਹੜੀ ਮੇਨ ਜਾਣਕਾਰੀ ਦਿੱਤੀ ਵੀ ਦਰਬਾਰ ਸਾਹਿਬ ਬਾਰੇ ਹੁਣ ਉਹ ਆਹ ਲਿਖੀ ਵੀ ਅਤੇ ਪਾਊਸ ਕਰਕੇ ਤੁਸੀਂ ਇਹਨੂੰ ਪੜ੍ਹ ਸਕਦੇ ਹੋ ਪਤਾ ਲੱਗ ਜੂ ਤੁਹਾਨੂੰ ਵੀ ਇਹ ਕਿੰਨੇ ਟਾਈਮ ਵੀ ਜਿਹੜਾ ਬਾਬਾ ਜੀ ਦਾ ਬਚਪਨ ਸੀ ਨਾ 11 ਸਾਲ ਤੱਕ ਜਿਹੜੇ ਗੁਰੂ ਅੰਗਦ ਦੇਵ ਜੀ ਇਸੇ ਜਗ੍ਹਾ 'ਤੇ ਰਹੇ ਸੀਗੇ 11 ਸਾਲ ਤੱਕ ਅਤੇ ਕਿੱਡੀ ਪਵਿੱਤਰ ਜਗ੍ਹਾ ਹੋਊ ਜਿੱਥੇ ਜਿਹੜੇ ਆਪਣੇ ਦੂਸਰੇ ਗੁਰੂ ਆ ਜਿਨ੍ਹਾਂ ਨੇ ਇੱਥੇ ਜਗ੍ਹਾ 'ਤੇ ਸਟੇਅ ਕੀਤਾ 11 ਸਾਲ ਅਤੇ ਉਹ ਕਿੰਨੀ ਪਵਿੱਤਰ ਜਗ੍ਹਾ ਹੋਊਗੀ ਸਰੋਵਰ ਦਿਖਾਉਣਾ ਕਿੱਡਾ ਜ਼ਬਰਦਸਤ ਓ ਮਾਈ ਗੋਡ ਸੀਰੀਅਸਲੀ ਥੱਲੇ ਉਤਰ ਕੇ ਆ ਧਿਆਨ ਨਾਲ ਉਤਰ ਧਿਆਨ ਨਾਲ ਉਤਰੇ ਵਾਂ ਗੋਇੰਦਵਾਲ ਸਾਹਿਬ ਫੀਲਿੰਗ ਆਉਂਦੀ ਹੈ ਨਾ ਮਤਲਬ ਬਹੁਤ ਹੀ ਜ਼ਿਆਦਾ ਮਤਲਬ ਘੈਂਟ ਚੀਜ਼ ਬਣੀ ਹੋਈ ਹੈ ਬਹੁਤ ਹੀ ਇੱਕ ਵਾਰੀ ਤੁਸੀਂ ਮਤਲਬ ਇੱਥੇ ਵਿਜ਼ਿਟ ਜ਼ਰੂਰ ਕਰਿਓ ਕੀ ਦੰਦ ਪਤਾ ਕਿਆ ਵੱਜਦਾ ਅੱਜ ਦਸੰਬਰ ਦੀ ਪਹਿਲੀ ਠੰਡ ਆ ਇਹ ਤੁਹਾਨੂੰ ਸਰੋਵਰ ਜਿਹੜਾ ਨਾ ਬਹੁਤ ਜ਼ਿਆਦਾ ਵੱਡਾ ਬਣਿਆ ਮੈਂ ਬਹੁਤ ਹੀ ਜ਼ਿਆਦਾ ਵੱਡਾ ਹੁਣ ਅਸੀਂ ਕਰਨ ਲੱਗੇ ਹਾਂ ਪਰਿਕਰਮਾ
ਪਹਿਲੀ ਵਾਰੀ ਇੰਨਾ ਵੱਡਾ ਸਰੋਵਰ ਦੇਖਿਆ ਨਹੀਂ ਤਰਨ ਤਰਨ ਸਾਹਿਬ ਦਾ ਇਦੋਂ ਵੀ ਵੱਡਾ ਸਰੋਵਰ ਆ ਸਾਹਿਬ ਦਾ ਬਹੁਤ ਵੱਡਾ ਪੰਨ ਤਾਂ ਇਸ ਤੋਂ ਚੌਗਣਾ ਹੋਊਗਾ ਜ਼ਿਆਦਾ ਮਤਲਬ ਸਕੂਨ ਵਾਲੀ ਜਗ੍ਹਾ ਬਣੀ ਹੋਈ ਹੈ ਮਤਲਬ ਇੱਥੇ ਆ ਕੇ ਨਾ ਸ਼ਾਂਤ ਮਨ ਨੂੰ ਨਾ ਸ਼ਾਂਤੀ ਬਹੁਤ ਜ਼ਿਆਦਾ ਮਿਲਦੀ ਕੋਈ ਚੀ ਪੈ ਨਹੀਂ ਕੋਈ ਰੌਲਾ ਰੱਪਾ ਨਹੀਂ ਇੰਨੀ ਸ਼ਾਂਤੀ ਮਤਲਬ ਤੁਸੀਂ ਜੇ ਆਪਦਾ ਆ ਕੇ ਇਹਦੇ ਧਿਆਨ ਲਾਉਣਾ ਚਾਹੋ ਨਾ ਆਰਾਮ ਨਾਲ ਤੁਸੀਂ ਮੈਡੀਟੇਸ਼ਨ ਕਰ ਸਕਦੇ ਹੋ ਅੱਖਾਂ ਬੰਦ ਕਰਕੇ ਆਪਦਾ ਅੱਖਾਂ ਬੰਦ ਕਰਕੇ ਜਿਹੜੀ ਚੀਜ਼ ਤੱਕ ਧਿਆਨ ਲਾਓਗੇ ਨਾ ਆਰਾਮ ਨਾਲ ਮਤਲਬ ਤੁਸੀਂ ਉਹ ਚੀਜ਼ ਤੱਕ ਪਹੁੰਚ ਸਕਦੇ ਹੋ ਧਿਆਨ ਤੁਹਾਡਾ ਆਰਾਮ ਨਾਲ ਪਹੁੰਚ ਜੂਗਾ ਇੰਨੀ ਸ਼ਾਂਤੀ ਹੈ ਇੱਥੇ ਅਤੇ ਬਹੁਤ ਹੀ ਜ਼ਿਆਦਾ ਪਵਿੱਤਰ ਜਗ੍ਹਾ ਬਣੀ ਹੈ ਮਤਲਬ ਇਹ ਨਾ ਸੋਚਿਆ ਕਰੋ ਵੀ ਜੇ ਆਪਾਂ ਦੂਰ ਕਿਤੇ ਜਾ ਕੇ ਮਤਲਬ ਕਿਸੇ ਹੋਰ ਗੁਰਦੁਆਰੇ 'ਚ ਮੱਥਾ ਟੇਕਾਂਗੇ ਹੈ ਨਾ ਵੀ ਉਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਕਿਤੇ ਪੁੰਨ ਲੱਗੂ ਜਾਂ ਤੁਹਾਡੀ ਸ਼ਰਧਾ ਹੋ ਜਾ ਇਹ ਵੀ ਓਨੀ ਹੀ ਪਵਿੱਤਰ ਜਗ੍ਹਾ ਆਪਣੇ ਦੂਸਰੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਸਥਾਨ ਆ ਅਤੇ 11 ਸਾਲ ਇਸ ਜਗ੍ਹਾ 'ਤੇ ਬਾਬਾ ਜੀ ਨੇ ਇੱਥੇ ਲਾਇਆ ਤੁਹਾਡਾ ਮਾੜਾ ਜਿਹਾ ਵੀਡੀਓ ਵਿੱਚ ਐਡ ਕਰ ਦਵਾਂ ਕੋਈ ਚੱਕਰ ਤਾਂ ਨਹੀਂ ਕਰ ਲਓ ਅਤੇ ਕੀ ਨਾਮ ਬਾਬਾ ਜੀ ਤੁਹਾਡਾ ਜੀ ਅਮਰੀਕ ਸਿੰਘ ਅਮਰੀਕ ਸਿੰਘ ਜੀ ਤੁਸੀਂ ਕਿੰਨੇ ਟਾਈਮ ਤੋਂ ਇਸ ਜਗ੍ਹਾ ਦੇ ਵਿੱਚ ਹੈਗੇ ਹੋ ਜੀ ਅਸੀਂ ਹੋ ਗਏ ਸਾਨੂੰ 5-6 ਸਾਲ 5-6 ਸਾਲ ਹੋ ਗਏ ਜੀ ਇਹਦੇ ਬਾਬਾ ਮੇਲਾ ਕਿਹੜੇ ਦਿਨ ਤੋਂ ਭਰਦਾ ਜੀ ਮੇਲਾ ਜਦ ਪੁੰਨੇ ਭਰਦੀ ਪੁੰਨੇ ਭਰਦੀ ਹੈ ਜੀ ਅਤੇ ਇੱਥੇ ਬਾਬਾ ਜੀ ਦੀ ਕੋਈ ਪੁਰਾਣੀਆਂ ਯਾਦਾਂ ਮਤਲਬ ਜਿਹੜੀ ਚੀਜ਼ ਬਣੀਆਂ ਵੀ ਹੋਰ ਹੈਗੀਆਂ ਇਹਦੇ ਨਾਲ ਜਿੱਥੇ ਮਤਲਬ ਕੋਈ ਪੁਰਾਣੀ ਚੀਜ਼ਾਂ ਆਪਾਂ ਸਾਂਭ ਕੇ ਰੱਖੀਆਂ ਨੇ ਜਿਵੇਂ ਬਾਬਾ ਜੀ ਦੇ ਨਹੀਂ ਨਹੀਂ ਹੋਣੀ ਇੱਥੇ ਬਸ ਜਨਮ ਸਥਾਨ ਇਹ ਚੀਜ਼ ਜਨਮ ਸਥਾਨ ਹਾਂਜੀ ਉਹ ਤਾਂ ਮੈਂ ਕਰ ਲਿਆ ਜੀ ਹਾਂਜੀ ਚਲੋ ਠੀਕ ਹੈ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲੰਗਰ ਤਾਂ ਅਸੀਂ ਖਾ ਕੇ ਜਾਵਾਂਗੇ ਕਿਸੇ ਨੇ ਮਾਸਕ ਲੈਣਾ ਨਹੀਂ ਮਾਸਕ ਕੀ ਕਰਨਾ ਬਾਈ ਲੰਗਰ ਤਾਂ ਖਾ ਕੇ ਜਾਵਾਂਗੇ ਸਾਰਿਆਂ ਦੀ ਸ਼ਕਲਾਂ ਤੁਹਾਨੂੰ ਦਿਖਾ ਦਾਂ ਕੋਈ ਇਹ ਨਾ ਕਹਿੰਦੇ ਅਸੀਂ ਲੰਗਰ ਨਹੀਂ ਖਾ ਕੇ ਤੇਰਾ ਹੀ ਲੰਗਰ ਖਾਵਾਂਗੇ ਇਹੀ ਹੈ ਜੀ ਇੱਥੋਂ ਦੀ ਜਿਹੜੀ ਪਵਿੱਤਰ ਜਗ੍ਹਾ ਇੱਕ ਵਾਰੀ ਇੱਥੇ ਤੁਸੀਂ ਵਿਜ਼ਿਟ ਜ਼ਰੂਰ ਕਰਿਓ ਬਹੁਤ ਆਨੰਦ ਹੈ ਇੱਥੇ ਬਹੁਤ ਸ਼ਾਂਤੀ ਹੈ ਜਦੋਂ ਤੁਸੀਂ ਆਓਗੇ ਤੁਹਾਨੂੰ ਉਦੋਂ ਹੀ ਪਤਾ ਲੱਗੂ ਇੱਦਾਂ ਤੁਸੀਂ ਨਹੀਂ ਫੀਲ ਕਰ ਸਕਦੇ ਕਿ ਜਿਹੜਾ ਇੱਥੇ ਸਰੋਵਰ ਦਾ ਨਜ਼ਾਰਾ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਪਤਾ ਲੱਗਦਾ ਜੀ ਬਣੀ ਦਾ ਚਲੋ ਹੋ ਗਏ ਰੈਡੀ ਚਲੋ ਜੀ ਹੁਣ ਅਸੀਂ ਬੈਠ ਗਏ ਚਲੋ ਬਾਈ ਤੇ ਇਹ ਸੀ ਸਾਡੀ ਇੱਕ ਛੋਟੀ ਜਿਹੀ ਜਰਨੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਸਥਾਨ ਦੀ ਅਤੇ ਪਿੰਡ ਸਰਾਏਨਾਗਾ ਦੇ ਵਿੱਚ ਅਤੇ ਇਹ ਸੀ ਸਾਡਾ ਛੋਟਾ ਜਿਹਾ ਵਲੋਗ ਸਾਨੂੰ ਆਏ ਸੀ ਚਲੋ ਛੋਟੇ ਇੱਕ ਜਗ੍ਹਾ ਤੁਹਾਨੂੰ ਦਿਖਾ ਦਈਏ ਜਿਹੜੀ ਬਹੁਤ ਹੀ ਜ਼ਿਆਦਾ ਪਵਿੱਤਰ ਜਗ੍ਹਾ ਹੈਗੀ ਆ ਦੂਸਰੇ ਧਾਰਮਿਕ ਸਥਾਨਾਂ ਵਾਂਗੂ ਹੀ ਪਰ ਇੱਥੇ ਲੋਕ ਬਹੁਤ ਘੱਟ ਆਉਂਦੇ ਆ ਇੱਥੇ ਸਿਰਫ ਅਤੇ ਸਿਰਫ ਨਾ ਮੇਰੇ ਸਾਨੂੰ ਪੁੰਨਿਆਂ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਹੀ ਜ਼ਿਆਦਾ ਆਉਂਦੇ ਜਿਨ੍ਹਾਂ ਨੂੰ ਪਤਾ ਦੂਰੋਂ ਇੱਥੇ ਬਹੁਤ ਘੱਟ ਲੋਕ ਆਉਂਦੇ ਆ ਸੋ ਇੱਥੇ ਪਲੀਜ਼ ਵਿਜ਼ਿਟ ਕਰੋ ਤੁਹਾਨੂੰ ਇੱਥੋਂ ਦਾ ਇਤਿਹਾਸ ਪਤਾ ਲੱਗੂਗਾ ਵੈਸੇ ਇਤਿਹਾਸ ਵਿੱਚ ਮੈਂ ਤੁਹਾਨੂੰ ਦੱਸ ਦਿੱਤਾ ਦੇ ਵਿੱਚ ਪਾਤਾ ਪਰ ਜਦੋਂ ਤੁਸੀਂ ਇੱਥੇ ਆਓਗੇ ਤਾਂ ਤੁਹਾਨੂੰ ਇੱਥੋਂ ਦਾ ਨਜ਼ਾਰਾ ਤੁਸੀਂ ਉਦੋਂ ਹੀ ਫੀਲ ਕਰ ਸਕਦੇ ਹੋ ਅਤੇ ਚਲੋ ਮਿਲਦੇ ਹਾਂ ਅਗਲੇ ਵਲੋਗ 'ਚ ਉਦੋਂ ਤੱਕ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਪਿਆਰ ਬਣਾਈ ਰੱਖਿਓ ਦੱਬ ਕੇ ਲਾਈਕ ਸ਼ੇਅਰ ਕਰਦੇ ਰਹੋ